सही है गोडे ते सट लगी है भराओ ने ते ऑपरेशन कराया ने इंग्लिश विच इंजरी आंदे ने ते मैं और सुहेल गोंदल मेरा डाई ला के सट मार जणिया कैमरे ने नहीं अपना नहीं है डाई ला के मलक साहब अंदर अपना नहीं सट है ठीक है लव यू माउ दे पुत्र असलामुअलैकुम मैं ਤੁਹਾਡਾ ਬਰਾਦਰ ਸ਼ਤਾਰ ਉਮੀਦ ਹੈ ਸਾਰੇ ਬਰਾ ਠੀਕ ਹੁੰਦੇ ਮੇਰੇ ਨਾਲ ਇੱਕ ਕਬੱਡੀ ਦੇ ਸੁਪਰ ਸਟਾਰ ਸਾਡੇ ਇੰਟਰਨੈਸ਼ਨਲ ਪਲੇਅਰ ਮਲਕ ਬਿਨੀਆ ਮੀਨ ਸਾਹਿਬ ਮੌਜੂਦ ਨੇ ਅਸਲਾਮ ਹੋਵੇ ਭਾਈ ਜਾਨ ਵਾਲੇਕੁਮ ਸਲਾਮ ਹੋਵੇ ਕੀ ਹਾਲ ਚਾਲ ਹੈ ਮੇਰੇ ਬਰਾਦਰ ਵਧੀਆ ਵਧੀਆ ਤੁਸੀਂ ਦੱਸੋ ਮੈਂ ਦੱਸ ਪਈ ਗੋਡੇ ਤੇ ਸੱਟ ਲੱਗੀ ਹੈ ਭਰਾ ਉਹਨਾਂ ਤੇ ਆਪਰੇਸ਼ਨ ਕਰਾਇਆ ਨੇ ਇੰਗਲਿਸ਼ ਵਿੱਚ ਇੰਜਰੀ ਆਂਦੇ ਨੇ ਤੇ ਮੈਂ ਔਰ ਸੁਹੇਲ ਗੋਂਦਲ ਸਾਹਿਬ ਔਰ ਬਿਲਾਲ ਬੰਦੇਸ਼ਾ ਸਾਹਿਬ ਅਸੀਂ ਅੱਜ ਭਾਈ ਦੇ ਪਿੰਡ ਪਹੁੰਚੇ ਆ ਤੇ ਔਰ ਅਸੀਂ ਆਖਿਆ ਕਿ ਉਹਨਾਂ ਭਾਈ ਆਪਣੇ ਦਾ ਪਤਾ ਕਰਕੇ ਆ ਵੀ ਆ ਬਾਲ ਸੇਮ ਦੇ ਸਾਡੇ ਆਮੀਨ ਤੇ ਸਾਡਾ ਬੜਾ ਪਿਆਰਾ ਤੇ ਲੂਡਾ ਕਬੱਡੀ ਦਾ ਮਾਸ਼ਾਅੱਲਾ ਤਕੜਾ ਪਲੇਅਰ ਹੈ ਲੱਪਾ ਕਿ ਇਸੇ ਤਰ੍ਹਾਂ ਔਰ ਜ਼ਿਆਦਾ ਰੂਜ ਦੇਵੇ ਤੇ ਲੱਪਾ ਸਾਡੇ ਵੀਰ ਦੀਆਂ ਇਸ ਤਰ੍ਹਾਂ ਕੈਮ ਰੱਖੇ ਅੱਛਾ ਮਲਕ ਸਾਹਿਬ ਜਿਹੜਾ ਤੁਹਾਡਾ ਪਿੰਡ ਹੈ ਹਾਂਜੀ ਇਹ ਬੁੱਢੇ ਚੱਕ ਇਹਦਾ ਇਹ ਨਾਂ ਕਿਉਂ ਰੱਖਿਆ ਗਿਆ ਇਹ ਇੱਥੇ ਆਏ ਸੀ ਉਦੋਂ ਨਾ ਇੰਡੀਆ ਪੰਜਾਬ ਜਦੋਂ ਪਾਰਟਿਸਪੇਟ ਹੋਇਆ ਸੀ ਨਾ ਆਪਣਾ ਸਨ 47 ਤੋਂ ਪਹਿਲਾਂ ਉਦੋਂ ਆਏ ਸੀ ਦੋ ਬਾਬੇ ਆਏ ਸੀ ਤੇ ਬਾਬਾ ਬੁੱਢਾ ਦਾ ਨਾਂ ਸੀ ਅੱਛਾ ਤੇ ਉਹਦਾ ਤੋਂ ਨਾਂ ਦਾ ਪਿੰਡ ਦਾ ਨਾਂ ਫਿਰ ਬੁੱਢਾ ਚੱਕ ਪਿਆ ਗਿਆ ਅੱਛਾ ਅੱਛਾ ਸਹੀ ਹੈ ਅਸੀਂ ਰਸਤੇ ਵਿੱਚੋਂ ਆਏ ਆ ਬਿਲਾਲ ਸਾਹਿਬ ਕਿਹੜੇ ਰਸਤੇ ਅਸੀਂ ਆਏ ਆ ਤੁਹਾਡੇ ਡੇਰੇ ਤੋਂ ਡੇਰਾ ਬੰਦੇਸ਼ਾ ਤੋਂ ਕਿਹੜੇ ਕਿਹੜੇ ਰਾਹ ਅਸੀਂ ਆਏ ਆ ਇੱਥੇ ਜਨਾਬ ਆਏ ਆ ਬਾਈਪਾਸ ਤੇ ਮੱਕੂਆਣੇ ਜਨਾਬ ਜਣਾ ਵਾਲੇ ਰੋਡ ਤੇ ਉੱਥੋਂ ਜਨਾਬ ਇਹਨਾਂ ਦਰਸ਼ਨ ਕਰਾਏ ਨੇ ਭਗਤ ਸਿੰਘ ਦੀ ਹਵੇਲੀ ਦੇ ਜਾ ਭਗਤ ਸਿੰਘ ਦੀ ਹਵੇਲੀ ਵੀ ਅਸੀਂ ਰਾਹ ਵਿੱਚੋਂ ਵੇਖ ਕੇ ਆਏ ਆ ਜਾ ਜੀ ਉਸ ਤੋਂ ਬਾਅਦ ਪੌਲੀਆਂ ਵਾਲੀ ਤੋਂ ਹੋ ਕੇ ਜਨਾਬ ਅਲੀਪੁਰ ਬੰਗਲੇ ਤੋਂ ਅਸੀਂ ਬੁੱਢਾ ਚੱਕ ਆ ਗਏ ਆ ਜੀ ਗੁੱਡ ਹੋ ਗਿਆ ਅੱਛਾ ਮਲਕ ਸਾਹਿਬ ਤੁਹਾਡੇ ਜਿਹੜੇ ਵਡੇਰੇ ਨੇ ਹਾਂਜੀ ਬੋਲੀ ਵਿੱਚ ਨਾ ਫਰਕ ਹੈ ਢੇਰ ਸਾਰਾ ਜੇ ਮੰਡੀ ਵਿੱਚ ਤੇ ਫੈਸਲਾਬਾਦ ਵਿੱਚ ਹਾਂ ਜਿਹੜੀ ਤੁਹਾਡੀ ਬੋਲੀ ਦਾ ਜਿਹੜਾ ਲਹਿਜਾ ਹੈ ਉਹ ਚੜਦੇ ਪੰਜਾਬ ਆਰ ਸੇਮ ਹੈ ਇੰਜੀ ਗੱਲ ਹੈ ਨਾ ਸਾਡੀ ਹੈ ਨਾ ਮੈਂ ਦੱਸਦਾ ਸਾਡਾ ਜਿਹੜਾ ਪਿੰਡ ਸੀ ਨਾ ਪਿੱਛੋਂ ਅਸੀਂ ਜਲੰਧਰ ਤੋਂ ਆ ਤੇ ਨੂਰ ਮਹਿਲ ਸੀ ਆਪਣਾ ਉੱਥੇ ਪਿੰਡ ਚੜਦੇ ਪੰਜਾਬ ਤੁਸੀਂ 47 ਵਿੱਚ ਇੰਡੀਆ ਤੋਂ ਆਏ ਸੀ 47 ਤੋਂ ਪਹਿਲਾਂ ਆ ਗਏ ਅਸੀਂ ਅੱਛਾ ਤੁਸੀਂ ਪਾਰਟਿਸਪੇਟ ਤੋਂ ਪਹਿਲਾਂ ਆ ਗਏ ਅਸੀਂ 47 ਤੋਂ ਪਹਿਲਾਂ ਹੀ ਤੁਸੀਂ ਮਤਲਬ ਕਿ ਤੁਹਾਡੇ ਜਿਹੜੇ ਵਡੇਰੇ ਨੇ ਉਹ ਇੰਡੀਆ ਜਲੰਧਰ ਤੋਂ ਆਏ ਜਲੰਧਰ ਤੋਂ ਆਏ ਜੀ ਜੀ ਠੀਕ ਹੋ ਗਿਆ ਹਾਂ ਤੇ ਇਹ ਅੱਗੋ ਜਿਹੜੇ ਤੁਸੀਂ ਪਿੰਡ ਆਏ ਮੇਰੇ ਖਿਆਲ ਨਾਲ ਇਹ ਵਡੇਰਾ ਜਿਹੜਾ ਜਿਹਦਾ ਨਾਮ ਹੈ ਬੁੱਢਾ ਚੱਕ ਜਿਨ੍ਹਾਂ ਦੇ ਨਾਂ ਤੋਂ ਇਹ ਆਏ ਸੀ ਜਾਂ ਇਹ ਆਏ ਸੀ ਪਹਿਲਾਂ ਆਏ ਸੀ ਨਾ ਇਹ ਅੱਛਾ ਅੱਛਾ ਬਾਅਦ ਪਿੱਛੇ ਆਸਤਾ ਆਸਤਾ ਵੀ ਸਾਰੇ ਹੁੰਦੇ ਰਹੇ ਚਲੋ ਮਾਸ਼ਾਅੱਲਾ ਵਧੀਆ ਇਹ ਦੱਸੋ ਕਬੱਡੀ ਤੁਸੀਂ ਯੂਰਪ ਵੀ ਪਤਾ ਹੈ ਪਿਛਲਾ ਸਾਲ ਤੁਸੀਂ ਯੂਰਪ ਪੜੇ ਰਾਬਤਾ ਹੋਇਆ ਦੋਵਾਂ ਭਰਾਵਾਂ ਦਾ ਮੈਂ ਪਾਕਿਸਤਾਨ ਆਇਆ ਮੈਂ ਉਹਰਾ ਜਾਜਾ ਨੇ ਸੱਟ ਮਾਰ ਨਿਕਲਿਆ ਸੋ ਮੈਂ ਕਿਹਾ ਚਲੋ ਮਿਲ ਗਿਆ ਵੀ ਕੋਈ ਨਾ ਘੱਟ ਹੋਇਆ ਉਹਦੀ ਬਾਅਦ ਮਾਸ਼ਾਅੱਲਾ ਤੁਸੀਂ ਬਹੁਤ ਜਗ੍ਹਾ ਜਾ ਕੇ ਕਬੱਡੀ ਖੇਡੀ ਹੈ ਬੜਾ ਠੱਟ ਕਬੱਡੀ ਖੇਡਣ ਦਾ ਕਿੱਥੇ ਆਇਆ ਮੇਰੇ ਭਰਾ ਨਾ ਕੈਨੇਡਾ ਜਾਇਆ ਕੈਨੇਡਾ ਉੱਥੇ ਵਧੀਆ ਕਬੱਡੀ ਹੁੰਦੀ ਟਾਪ ਦੇ ਪਲੇਅਰ ਹੁੰਦੇ ਸਾਰੇ ਤੇ ਫਿਰ ਨਜ਼ਾਰਾ ਵੀ ਉੱਥੇ ਹੀ ਹੁੰਦਾ ਜਿੱਥੇ ਤਗੜੇ ਪਲੇਅਰ ਹੋਣ ਤੇ ਉੱਥੇ ਵਧੀਆ ਲੱਗਾ ਕੈਨੇਡਾ ਤੇ ਆਸਟ੍ਰੇਲੀਆ ਵੀ ਵਧੀਆ ਸੀ ਲੇਕਿਨ ਕੈਨੇਡਾ ਸਾਰਿਆਂ ਨੂੰ ਵਧੀਆ ਲੱਗਾ ਸਹੀ ਹੈ ਤੇ ਜਿਹੜੀ ਤੁਸੀਂ ਗੋਡੇ ਦਾ ਆਪਰੇਸ਼ਨ ਕਰਾਇਆ ਬਾਈ ਇਹ ਜਿਹੜੀ 3 ਸਾਲ ਪਹਿਲਾਂ ਸੱਟ ਲੱਗੀ ਸੀ ਉਹਦੇ ਇਸ਼ੂ ਬਣਿਆ ਹੁਣ ਵੀ ਇਹ ਥੋੜੀ ਪ੍ਰੋਬਲਮ ਹੋਈ ਸੀ ਨਾ ਮੇਰੇ ਇੰਜਰੀ ਹੋਈ ਆ ਕੋਈ ਗ੍ਰੇਡ 1 ਦੀ ਇੰਜਰੀ ਆ ਗਈ ਉਹ ਆਸਤਾ ਆਸਤਾ ਉਹਨੂੰ ਕੇਅਰ ਨਹੀਂ ਉਹਦੀ ਕੀਤੀ ਉਹਨੂੰ ਰਿਕਵਰ ਕੀਤਾ ਮਹੀਨਾ ਇੱਕ ਰੈਸਟ ਕਰਕੇ ਚੱਲਦਾ ਰਿਹਾ ਉਹ ਮੈਂ ਇਹਦੀ MIR ਨਹੀਂ ਕਰਾਈ ਮੇਰੇ ਕੋਲ ਮਿਸਟੇਕ ਹੋਈ ਹੈ ਤੇ ਫਿਰ ਜਦੋਂ ਜ਼ਿਆਦਾ ਹੋਈ ਇੰਜਰੀ ਉੱਥੇ ਵੈਨਕੂਵਰ BCC ਮੈਚ 2 ਜੁਲਾਈ ਨੂੰ ਉੱਥੇ ਫਿਰ ਜ਼ਿਆਦਾ ਇੰਜਰੀ ਹੋ ਗਈ ਹੁਣ ਇਹਨੂੰ ਰਿਕਵਰ ਕੀਤਾ ਆਪਾਂ ਆ ਜਾਾਂਗੇ ਇਨਸ਼ਾਅੱਲਾ ਮਹੀਨੇ ਕੁ ਤੱਕ ਗਰਾਊਂਡਾਂ ਦੇ ਵਿੱਚ ਮਾਸ਼ਾਅੱਲਾ ਜੀ ਅੱਲਾਹ ਪਾਕ ਸਾਡੇ ਵੀਰ ਨੂੰ ਕਾਮਯਾਬ ਕਰੇ ਵੱਡੇ ਭਾਈ ਤੁਹਾਡੇ ਨਾਲ ਗੱਪ ਹੋ ਰਹੀ ਸੀ ਬੈਠ ਕੇ ਬਸ ਗੱਲ ਪੈ ਕਰਦੇ ਹਨ ਕਿ ਜਿਹੜੇ ਬੰਦੇ ਤੇ ਨਾ ਅੱਲਾਹ ਦਾ ਕਰਮ ਹੋਵੇ ਨਾ ਉਹਦੇ ਕੋਲ ਬਾਣੇ ਵਾਲੇ ਜਿਹੜੇ ਉਹਦੇ ਨਾਲ ਬੰਦੇ ਨੇ ਉਹਨਾਂ ਦੇ ਵੀ ਅੱਲਾਹ ਦਾ ਕਰਮ ਹੋ ਜਾਂਦਾ ਇਦਾਂ ਹੀ ਗੱਲ ਇੰਜੀ ਗੱਲ ਹੈ ਤੇ ਜਿਵੇਂ ਕਿ ਤੁਹਾਡੀ ਹਵੇਲੀ ਵਿੱਚ ਅਸੀਂ ਆਏ ਹਾਂ ਅਸੀਂ ਵੀ ਚਲੋ ਪਲੇਅਰ ਮੰਡੀ ਜਿਹੜੇ ਸਾਡੇ ਕੋਲ ਵੀ ਆਉਂਦੇ ਨੇ ਅਸੀਂ ਕੋਈ ਨਾ ਕੋਈ ਸਿਖਾ ਕੇ ਗਲਦੇ ਆ ਕੋਈ ਨਾ ਕੋਈ ਚਲੋ ਉਹ ਵੀ ਕਰਦੇ ਨੇ ਗੇਮ ਤੇ ਇੰਜੇ ਤੁਹਾਡੀ ਹਵੇਲੀ ਵਿੱਚ ਵੜਿਆ ਮੈਂ ਉਹ ਬੂਵੇ ਵੜਦਾ ਗਿਆ ਮੈਨੂੰ ਸਵਾਦ ਆਇਆ ਮਾਸ਼ਾਅੱਲਾ ਸਾਰੇ ਹੀਰੇ ਸੋਹਣੇ ਕੱਦ ਬੁੱਤ ਸੋਹਣਾ ਸਾਡਾ ਸਮਾਨ ਚੀਤਾ ਹੈ ਮਾਸ਼ਾਅੱਲਾ ਤੇ ਔਰ ਨਾਲ ਤੁਹਾਡਾ ਭਤੀਜਾ ਅੱਲਾਹ ਪਾਕ ਇਹਨੂੰ ਵੀ ਇੱਜ਼ਤ ਦੇਵੇ ਜਿਵੇਂ ਤੁਹਾਨੂੰ ਸ਼ੌਕ ਹੈ ਰੌਣਾ ਕੇ ਔਰ ਇਹ ਸ਼ੌਕ ਵਿੱਚੋਂ ਅੱਲਾਹ ਪਾਕ ਨੇ ਇੱਜ਼ਤਾਂ ਦਿੱਤੀਆਂ ਲੈਣ ਢੇਰ ਸਾਰੀਆਂ ਤੇ ਅੱਲਾਹ ਪਾਕ ਇਹਨਾਂ ਨੂੰ ਵੀ ਦੇਵੇ ਔਰ ਸਾਰੇ ਤੁਸੀਂ ਖੁਸ਼ ਰਹੋ ਸਨ ਬੜਾ ਸਵਾਦ ਆਇਆ ਅੱਜ ਤੁਹਾਡੇ ਪਿੰਡ ਆ ਕੇ ਔਰ ਤੁਹਾਡੇ ਪਿੰਡ ਦੇ ਬੰਦਿਆਂ ਨਾਲ ਔਰ ਤੁਹਾਡੇ ਵੱਡੇ ਭਾਈ ਨਾਲ ਔਰ ਤੁਹਾਡਿਆਂ ਦੋਸਤਾਂ ਨਾਲ ਮਿਲ ਕੇ ਗੱਪਸ਼ਪ ਕਰਕੇ ਤੇ ਅੱਲਾਹ ਪਾਕ ਇਸੇ ਤਰ੍ਹਾਂ ਮੇਰੇ ਪੂਰੇ ਪਾਕਿਸਤਾਨ ਦੇ ਸਪੋਰਟਸਮੈਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਔਰ ਇਹਨਾਂ ਦੀਆਂ ਫੈਮਲੀਆਂ ਨੂੰ ਅੱਲਾਹ ਪਾਕ ਖੁਸ਼ ਰੱਖੇ ਔਰ ਮੇਰੇ ਸ਼ਹਜ਼ਾਦੇ ਭਰਾ ਜਿਹੜੇ ਨੇ ਇੱਕਦਾਂ ਹੀ ਅੱਲਾਹ ਪਾਕ ਇਹਨਾਂ ਨੂੰ ਦੁੱਖ ਤਕਲੀਫ ਨਾ ਵਿਖਾਵੇ ਔਰ
और हमेशा खुश रहन, आबाद रहन, जिथे भी जान अपने मुल्क दा, अपने पिंड दा, अपने वडेरियां दा नाम रोशन करदे रहन। आमीन। लव यू हो गया जी। मेरा डाई ला के सट मार जने कैमरे ने। नहीं अपना नहीं है डायलॉग। मलिक साहब अपना नहीं साढ़ा। ठीक है, लव यू माओ पुत्र। ओके बाय।